ਇਹ ਬੰਦਾ ਤੇ ਜਨਾਨੀ ਆਪਣੇ ਘਰ ਤੋਂ ਬਾਹਰ ਕਿਤੇ ਬਾਜ਼ਾਰ ਗਏ ਹੋਏ ਸੀ ਅਤੇ ਜਦੋਂ ਇਹ ਘਰ ਵਾਪਸ ਪਰਤ ਕੇ ਆਉਂਦੇ ਨੇ ਤਾਂ ਗਲੀ ਵਿੱਚ ਦੂਰੋਂ ਹੀ ਇਹਨਾਂ ਨੂੰ ਆਪਣੇ ਘਰ ਦੇ ਬਾਹਰ ਇੱਕ ਗੱਡੀ ਖੜੀ ਵਿਖਦੀ ਹੈ ਜਿਸ ਤੋਂ ਬਾਅਦ ਇਹ ਹੈਰਾਨ ਹੋ ਜਾਂਦੇ ਨੇ ਅਤੇ ਸੋਚਦੇ ਨੇ ਕਿ ਆਖਰ ਕੌਣ ਆਇਆ ਹੈ ਗੱਡੀ ਦੇ ਵਿੱਚ ਪਹਿਲਾਂ ਤਾਂ ਇਹ ਸੋਚਦੇ ਨੇ ਕਿ ਕੋਈ ਰਿਸ਼ਤੇਦਾਰ ਆਇਆ ਹੋਣਾ ਹੈ ਜਾਂ ਤਾਂ ਫਿਰ ਕੋਈ ਕਮੇਟੀ ਮੈਂਬਰ ਆਇਆ ਹੋਣਾ ਹੈ ਅਤੇ ਬਾਅਦ ਵਿੱਚ ਜਦ ਇਹ ਘਰ ਜਾ ਕੇ ਵੇਖਦੇ ਨੇ ਤਾਂ ਇਹਨਾਂ ਦੀ ਕੁੜੀ ਜੋ ਹੈ ਉਹ ਸਿਲਾਈ ਕਰ ਰਹੀ ਹੁੰਦੀ ਹੈ ਅਤੇ ਉੱਥੇ ਇਹ ਪੁਲਿਸ ਮੁਲਾਜ਼ਮਾਂ ਨੂੰ ਵੇਖਦੀ ਹੈ ਇਸ ਔਰਤ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਨੇ ਉਸਦੀ ਸਿਲਾਈ ਕਰਦੀ ਹੋਈ ਕੁੜੀ ਨੂੰ ਖੜ੍ਹਾ ਕਰ ਲਿਆ ਅਤੇ ਉਹਨੂੰ ਬਾਂਹ ਤੋਂ ਫੜ ਲਿਆ ਅਤੇ ਉਦੋਂ ਤੱਕ ਉਹਨਾਂ ਦੇ ਘਰ ਦੀ ਛਾਣਬੀਨ ਕਰਦੇ ਰਹੇ ਜਦੋਂ ਤੱਕ ਉਹਨਾਂ ਨੂੰ ਤਸੱਲੀ ਨਾ ਹੋ ਗਈ ਸੋ ਆਖਰ ਮਾਮਲਾ ਕੀ ਹੈ ਤੁਸੀਂ ਵੀ ਸੋਚਦੇ ਹੋਵੋਗੇ ਪਹਿਲਾਂ ਵੇਖੋ ਆ ਥੋੜ੍ਹੀ ਜਿਹੀ ਵੀਡੀਓ ਫਿਰ ਤੁਹਾਨੂੰ ਦੱਸਦਿਆਂ ਕਿ ਕੀ ਹੈ ਪੂਰਾ ਮਾਮਲਾ ਤਿੰਨ ਜਾਣੇ ਪੁਲਿਸ ਵਾਲੇ ਮੇਰੇ ਘਰੇ ਗਏ ਆ ਅਤੇ ਇਹਨਾਂ ਨੇ ਜਾ ਕੇ ਪੁੱਛਿਆ ਨਹੀਂ ਗਿੱਸਿਆ ਨਹੀਂ ਸਾਡੇ ਤਿੰਨ ਚਾਰ ਚਪੇੜੇ ਮਾਰੇ ਆ ਪੱਗ ਇਹਨਾਂ ਨੇ ਥੱਲੇ ਸਿੱਟਤੀ ਆ ਅਤੇ ਮੁੜ ਕੇ ਇਹਨਾਂ ਨੇ ਕੁੱਟ ਕੁੱਟ ਕੇ ਸਾਡਾ ਮੂੰਹ ਹਲਾਲ ਕਰਤਾ ਨਾਲੇ ਮੇਰੀ ਘਰ ਦੀ ਦੇ ਇਹਨਾਂ ਨੇ ਜਿਹੜਾ ਰਿਕਾਰਡਿੰਗ ਕੀਤੀ ਸੀਗੀ ਮੋਬਾਈਲ ਇਹਨਾਂ ਨੇ ਬਰਾਤ 'ਚ ਪਾ ਲਿਆ ਇਹਨਾਂ ਨੇ ਜਾ ਕੇ ਅਤੇ ਮੋਬਾਈਲ ਇਹਨਾਂ ਨੇ ਬਰਾਤ 'ਚੋਂ ਹੱਥ ਪਾ ਕੇ ਕੱਢਿਆ ਅਤੇ ਗੁੜੀਆ ਕੱਪੜੇ ਸੀ ਜਾਂਦੀ ਸੀ ਮੇਰੀ 18-19 ਸਾਲ ਦੀ ਹੈ ਅਤੇ ਉਹਨੂੰ ਉਹਦੀ ਬਾਂਹ ਫੜ ਕੇ ਇਹਨਾਂ ਨੇ ਬੈੱਡ ਤੋਂ ਥੱਲੇ ਕਰ ਲਿਆ ਇਹਨਾਂ ਨੇ ਬਿੱਟੇ ਨੇ ਗੁੜੀਆ ਦੀ ਬਾਂਹ ਫੜ ਕੇ ਖੜਾ ਰਿਹਾ ਉਹਨਾਂ ਟਾਈਮ ਇਹਨੇ ਘੰਟਾ ਡੇਢ ਘੰਟੇ ਤੋਂ ਗੁੜੀਆ ਨੂੰ ਵੀਡੀਓ ਬਣਾਈ ਇਹਨਾਂ ਦੀ ਅਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਵੀਡੀਓ ਬਣੀ ਆ ਸਾਡੀ ਬਣੀ ਜਾਂਦੀ ਹੈ ਇਹ ਗੁੜੀਆਲ ਨੂੰ ਹੋਏ ਤਾਂ ਮੈਂ ਫੜ ਕੇ ਫੋਨ ਇਹਨਾਂ ਉੱਥੇ ਗੰਦੀਆਂ ਗਾਲਾਂ ਕੱਢੀਆਂ ਬੇਟੇ ਨੂੰ ਵੀ ਬਾਹਰ ਜਦੋਂ ਗਲੀ 'ਚ ਗੱਡੀ 'ਚ ਬਹੁਣ ਲੱਗੇ ਉਦੋਂ ਧੱਕੇ ਮਾਰੇ ਇਹਨਾਂ ਨੇ ਥੱਲੇ ਸਿੱਟਤਾ ਮੇਰੇ ਘਰ ਵਾਲੇ ਨੂੰ ਵੀ ਧੱਕੇ ਧੁੱਕੇ ਮਾਰ ਕੇ ਸਾਰੀ ਗਲੀ ਦੇ ਸਾਹਮਣੇ ਇਹਦੀਆਂ ਪੱਗ ਪੁੱਗ ਰੋਲਤੀ ਉੱਥੇ ਥੱਲੇ ਅਤੇ ਚਪੇੜਾ ਚਪੂੜਾ ਮਾਰੀਆਂ ਵਾਲ ਖਿਲਾਰ ਤੇ ਬਾਬਾ ਸਾਹਿਬ ਦੀ ਫੋਟੋ ਪਈ ਸੀ ਬੈੱਡ ਦੇ ਉੱਤੇ ਉਹ ਵੀ ਇਹਨਾਂ ਨੇ ਥੱਲੇ ਸਿੱਟ ਕੇ ਅਤੇ ਮੰਨ ਲਓ ਬੇਅਦਬੀ ਜੀ ਕੀਤੀ ਸਾਨੂੰ ਦੁੱਖ ਜ਼ਿਆਦਾ ਬਾਬਾ ਸਾਹਿਬ ਦੀ ਫੋਟੋ ਦਾ ਬਹੁਤ ਜ਼ਿਆਦਾ ਆਇਆ ਦਰਅਸਲ ਪੁਲਿਸ ਨੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਇਹ ਪਰਿਵਾਰ ਗੋਲੀਆਂ ਵੇਚਦਾ ਹੈ ਨਸ਼ੇ ਦੀਆਂ ਗੋਲੀਆਂ ਜਿਸ ਨੇ ਕਿ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਦਿੱਤਾ ਹੈ ਜਿਸ ਕਰਕੇ ਪੁਲਿਸ ਵੱਲੋਂ ਇਹਨਾਂ ਦੇ ਘਰ ਵਿੱਚ ਰੇਡ ਕੀਤੀ ਗਈ ਸੀ ਪਰ ਇਸ ਜਨਾਨੀ ਨੇ ਪੁਲਿਸ ਵਾਲਿਆਂ 'ਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੇ ਅਸ਼ਲੀਲ ਗੱਲਾਂ ਕੀਤੀਆਂ ਉਹਨਾਂ ਦੀ ਕੁੜੀ ਦੀ ਬਾਂਹ ਫੜ ਕੇ ਰੱਖੀ ਅਤੇ ਇਹਨਾਂ ਦੇ ਮੁੰਡੇ ਦੀ ਵੀ ਕੁੱਟਮਾਰ ਕੀਤੀ ਗਈ ਹੈ ਸਰ ਜੀ ਬਲਵੀਰ ਸਿੰਘ ਮੇਰਾ ਨਾਮ ਆ ਇਹ ਲਖਵਿੰਦਰ ਸਿੰਘ ਅਤੇ ਇਹ ਤਿੰਨ ਜਾਣੇ ਪੁਲਿਸ ਵਾਲੇ ਮੇਰੇ ਘਰੇ ਗਏ ਆ ਇਹਨਾਂ ਨੇ ਜਾ ਕੇ ਤਲਾਸ਼ੀ ਕੀਤੀ ਆ ਨਾਲੇ ਸਾਨੂੰ ਇਹ ਬਿੱਟਾ ਸਿੰਘ ਜੀ ਨਾਲ ਅਤੇ ਇਹਨਾਂ ਨੇ ਜਾ ਕੇ ਪੁੱਛਿਆ ਨਹੀਂ ਗਿੱਸਿਆ ਨਹੀਂ ਸਾਡੇ ਤਿੰਨ ਚਾਰ ਚਪੇੜੇ ਮਾਰੇ ਆ ਇਹਨਾਂ ਨੇ ਸਾਰੇ ਘਰ ਦੀ ਤਲਾਸ਼ੀ ਕਰਕੇ ਇਹਨਾਂ ਨੇ ਨਾਲੇ ਪੈਸੇ ਚੁੱਕੇ ਲਿਆਂਦੇ 40,000 ਰੁਪਈਆ ਇਹਨਾਂ ਨੇ ਚੁੱਕੇ ਲਿਆਂਦਾ ਅਤੇ ਸਾਨੂੰ ਨਾਲੇ ਥਾਣੇ ਲਿਆ ਕੇ ਮੇਰੇ ਚਪੇੜੇ ਮਾਰੇ ਪੱਗ ਇਹਨਾਂ ਨੇ ਥੱਲੇ ਸਿੱਟਤੀ ਆ ਅਤੇ ਮੁੜ ਕੇ ਇਹਨਾਂ ਨੇ ਕੁੱਟ ਕੁੱਟ ਕੇ ਸਾਡਾ ਮੂੰਹ ਹਲਾਲ ਕਰਤਾ ਨਾਲੇ ਮੇਰੀ ਘਰ ਦੀ ਦੇ ਇਹਨਾਂ ਨੇ ਜਿਹੜਾ ਰਿਕਾਰਡਿੰਗ ਕੀਤੀ ਸੀਗੀ ਮੋਬਾਈਲ ਇਹਨਾਂ ਨੇ ਬਰਾਤ 'ਚ ਪਾ ਲਿਆ ਇਹਨਾਂ ਨੇ ਜਾ ਕੇ ਅਤੇ ਮੋਬਾਈਲ ਇਹਨਾਂ ਨੇ ਬਰਾਤ 'ਚੋਂ ਹੱਥ ਪਾ ਕੇ ਕੱਢਿਆ ਅਤੇ ਸਾਨੂੰ ਨਿਆਂ ਮਿਲਣਾ ਚਾਹੀਦਾ ਵਾ ਅਸੀਂ ਮਜ਼ਬੀ ਸਿੱਖ ਗਰੀਬ ਭਰਾ ਦੇ ਭਾਈਚਾਰੇ ਹਾਂ ਇਹਨਾਂ ਨੇ ਨਾਲੇ ਤਾਂ ਸਾਡੇ ਘਰ ਦੀ ਬੇਇੱਜ਼ਤੀ ਕੀਤੀ ਨਾਲੇ ਸਾਨੂੰ ਕੁੱਟਮਾਰ ਕੀਤੀ ਅਸੀਂ ਹੁਣ ਦਰਖਾਸਤ ਦੇਣਾ ਚਾਹੁੰਦੇ ਹਾਂ ਆਪਣੇ ਭਾਈਚਾਰੇ ਨੂੰ ਵੀ ਸਾਨੂੰ ਜ਼ਰੂਰੀ ਇਹ ਨਿਆਂ ਮਿਲਣਾ ਚਾਹੀਦਾ ਇਹਦੇ 'ਤੇ ਪਰਚਾ ਹੋਣਾ ਚਾਹੀਦਾ ਡੀਸੀ ਦਫ਼ਤਰ ਆਏ ਸੀ ਬੱਚਿਆਂ ਦੇ ਵਜ਼ੀਫੇ ਦੇ ਫਾਰਮ ਭਰਨ ਵਾਸਤੇ ਜਦੋਂ ਅਸੀਂ ਘਰੇ ਗਏ ਤਾਂ ਸਾਡੇ ਬਾਹਰ ਅੱਗੇ ਗੱਡੀ ਖੜੀ ਸੀ ਸਾਨੂੰ ਸੜਕ ਤੋਂ ਕਾਫ਼ੀ ਦੂਰੋਂ ਲੱਗਦੇ ਸੀਗੇ ਵੀ ਸਾਡੇ ਬਾਹਰ 'ਚ ਗੱਡੀ ਖੜੀ ਹੈ ਅਤੇ ਪਤਾ ਨਹੀਂ ਕਾਹ ਤੋਂ ਖੜੀ ਅਸੀਂ ਆਖਿਆ ਕੋਈ ਰਿਸ਼ਤੇਦਾਰ ਆਇਆ ਹੋਊਗਾ ਚਾਹੇ ਕੋਈ ਕਮੇਟੀ ਵਾਲੇ ਵੀ ਸਾਡੇ ਘਰ ਵੇਖਣ ਆਏ ਉਹਨੇ ਪੈਸੇ ਪੂਸੇ ਵਾਸਤੇ ਇੱਕ ਕਿਸ਼ਤ ਮੇਰੀ ਕਮੇਟੀ 'ਚ ਪਾਈ ਸੀਗੀ ਅਤੇ ਇਹ ਪੁਲਿਸ ਵਾਲੇ ਸਾਡੇ ਘਰੇ ਤਿੰਨ ਜਣੇ ਗਏ ਆ ਇੱਕ ਤਾਂ ਲਖਵਿੰਦਰ ਸਿੰਘ ਲੱਖਾ ਜੀ ਇੱਕ ਬਲਵਿੰਦਰ ਸਿੰਘ ਬਿੱਟਾ ਜੀ ਬਨਜਿੰਦਰ ਸਿੰਘ ਬਿੱਟਾ ਦੋ ਜਣੇ ਇੱਕ ਗੁੜੀਆ ਸੀਗੀ ਇਹਨਾਂ ਦੇ ਨਾਲ ਅਤੇ ਇੱਕ ਬੰਦਾ ਹੋਰ ਸੀਗਾ ਜਿਹੜੀ ਗੁੜੀਆ ਉਹ ਸਾਡੇ ਘਰੇ ਨਹੀਂ ਵੜੀ ਗਈ ਤਿੰਨ ਜਣੇ ਪੁਲਿਸ ਵਾਲੇ ਹੀ ਘਰੇ ਵੜੇ ਆ ਅਤੇ ਗੁੜੀਆ ਕੱਪੜੇ ਸੀ ਜਾਂਦੀ ਸੀ ਮੇਰੀ 18-19 ਸਾਲ ਦੀ ਹੈ ਅਤੇ ਉਹਨੂੰ ਉਹਦੀ ਬਾਂਹ ਫੜ ਕੇ ਇਹਨਾਂ ਨੇ ਬੈੱਡ ਤੋਂ ਥੱਲੇ ਕਰ ਲਿਆ ਬਾਕੀ ਸਾਰੇ ਘਰ ਦੀ ਤਲਾਸ਼ੀ ਕੀਤੀ ਇਹਨਾਂ ਨੇ ਬਿੱਟੇ ਨੇ ਗੁੜੀਆ ਦੀ ਬਾਂਹ ਫੜ ਕੇ ਖੜਾ ਰਿਹਾ ਉਹਨਾਂ ਟਾਈਮ ਇਹਨੇ ਘੰਟਾ ਡੇਢ ਘੰਟਾ ਤਲਾਸ਼ੀ ਕਰਦੇ ਰਹੇ ਇਹਨਾਂ ਦੇ ਘਰੋਂ ਸਾਡੇ ਘਰੋਂ ਕੱਖ ਨਹੀਂ ਮਿਲਿਆ ਇਹਨਾਂ ਨੂੰ ਅਤੇ ਬਾਅਦ 'ਚ ਜਦੋਂ ਅਸੀਂ ਜਾ ਕੇ ਪੁੱਛਿਆ ਸਾਨੂੰ ਕਹਿੰਦੇ ਆ ਕਿ ਤੁਸੀਂ ਗੋਲੀਆਂ ਵੇਚਦੇ ਅਸੀਂ ਆਖਿਆ ਕੁਛ ਲੱਭਾ ਜਦੋਂ ਗੁੜੀਆ ਨੂੰ ਵੀਡੀਓ ਬਣਾਈ ਇਹਨਾਂ ਦੀ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਵੀਡੀਓ ਬਣੀ ਆ ਸਾਡੀ ਬਣੀ ਜਾਂਦੀ ਹੈ ਇਹ ਗੁੜੀਆਲ ਨੂੰ ਹੋਏ ਤਾਂ ਮੈਂ ਫੜ ਕੇ ਫੋਨ ਇਹਨਾਂ ਉੱਥੇ ਗੰਦੀਆਂ ਗਾਲਾਂ ਕੱਢੀਆਂ ਬੇਟੇ ਨੂੰ ਵੀ ਬਾਹਰ ਜਦੋਂ ਗਲੀ 'ਚ ਗੱਡੀ 'ਚ ਬਹੁਣ ਲੱਗੇ ਉਦੋਂ ਧੱਕੇ ਮਾਰੇ ਇਹਨਾਂ ਨੇ ਥੱਲੇ ਸਿੱਟਤਾ ਮੇਰੇ ਘਰ ਵਾਲੇ ਨੂੰ ਵੀ ਧੱਕੇ ਧੁੱਕੇ ਮਾਰ ਕੇ ਸਾਰੀ ਗਲੀ ਦੇ ਸਾਹਮਣੇ ਇਹਦੀਆਂ ਪੱਗ ਪੁੱਗ ਰੋਲਤੀ ਉੱਥੇ ਥੱਲੇ ਅਤੇ ਚਪੇੜਾ ਚਪੂੜਾ ਮਾਰੀਆਂ ਵਾਲ ਖਿਲਾਰ ਤੇ ਬਾਬਾ ਸਾਹਿਬ ਦੀ ਫੋਟੋ ਪਈ ਸੀ ਬੈੱਡ ਦੇ ਉੱਤੇ ਉਹ ਵੀ ਇਹਨਾਂ ਨੇ ਥੱਲੇ ਸਿੱਟ ਕੇ ਅਤੇ ਮੰਨ ਲਓ ਬੇਅਦਬੀ ਜੀ ਕੀਤੀ ਸਾਨੂੰ ਦੁੱਖ ਜ਼ਿਆਦਾ ਬਾਬਾ ਸਾਹਿਬ ਦੀ ਫੋਟੋ ਦਾ ਬਹੁਤ ਜ਼ਿਆਦਾ ਆਇਆ ਸਾਡੇ ਪੈਸੇ ਜਿਹੜੇ ਹੈਗੇ 36,500 ਰੁਪਇਆ ਇਹਨਾਂ ਨੇ ਇੱਕ ਕੱਢਿਆ 15,500 ਰੁਪਇਆ ਇੱਕ ਕੱਢਿਆ ਅਤੇ 8-850 ਰੁਪਇਆ ਇੱਕ ਕੱਢ ਕੇ ਲਿਆਇਆ
ਤੇ ਜਿਹੜੇ ਇਹਨਾਂ ਦੀਆਂ ਜੇਬ 'ਚ ਸੀ 200-200 ਰੁਪਈਆ ਇਹਦੀ 24 ਕੱਢ ਲਿਆ ਉਹਨਾਂ ਨੇ ਤੇ ਸਰ ਮੁੜ ਕੇ ਇਹਨਾਂ ਨੂੰ ਥਾਣੇ ਲੈ ਆਏ ਥਾਣੇ ਲਿਆ ਕੇ ਵੀ ਇਹਨਾਂ ਨੇ ਕੁੱਟਮਾਰ ਕੀਤੀ ਮੇਰੇ ਬੇਟੇ ਦੀ ਤਾਂ ਹੱਦੋਂ ਵੱਧ ਕੇ ਕੀਤੀ ਕੁੱਟਮਾਰ ਵੀ ਉਹਨੂੰ ਤਾਂ ਹਜੇ ਤੱਕ ਨਹੀਂ ਜੀ ਗੱਲ ਇਹ ਹੈ ਵੀ ਅਸਲ ਗੱਲ ਤਾਂ ਇਹ ਹੈ ਜਿਹੜੀ ਤੁਸੀਂ ਦੱਸਿਆ ਸਾਨੂੰ ਉਸ ਦੇ ਵਿੱਚ ਕੀ ਹੈ ਵੀ ਜਿਹੜੀ ਹਰਿੰਦਰ ਕੌਰ ਆ ਇਹਨਾਂ ਦੇ ਘਰੇ ਰੇਡ ਕੀਤਾ ਸੀ ਅਸੀਂ ਐਸਟੋ ਸਾਹਿਬ ਦੇ ਧਿਆਨ 'ਚ ਲਿਆ ਕੇ ਸਰਦਾਰ ਅੰਗਰੇਜ਼ ਸਿੰਘ ਦੇ ਧਿਆਨ 'ਚ ਲਿਆ ਕੇ ਸਾਰੀ ਸੁਪਰਵੀਜ਼ਨ ਦੱਸ ਕੇ ਉਸ ਤੋਂ ਬਾਅਦ ਜਿਹੜੀਆਂ ਗੋਲੀਆਂ ਗਾਲੀਆਂ ਉਹਨਾਂ ਦੇ ਘਰੋਂ ਫੜੀਆਂ ਗਈਆਂ ਸੀ ਡਰੈਗਨ ਸਪੈਟ ਨੂੰ ਚੈੱਕ ਕਰਾਇਆ ਉਹ ਨਸ਼ੇ 'ਚ ਨਹੀਂ ਆਉਂਦੀਆਂ ਸੀ ਐਸਟੋ ਸਾਹਿਬ ਨੇ ਹੁਕਮ ਦਿੱਤਾ ਸੀ ਵੀ ਜੇ ਨਸ਼ੇ 'ਚ ਨਹੀਂ ਆਉਂਦੀ ਇਹਨਾਂ ਨੂੰ ਨਹੀਂ ਪਰਚਾ ਪੁਰਚਾ ਕੋਈ ਇਹਨਾਂ ਦੇ ਐਰਾ ਵਗੈਰਾ ਕਾਰਵਾਈ ਨਹੀਂ ਕਰਨੀ ਛੱਡ ਦਿੱਤੇ ਗਏ ਸੀ ਬਾਕੀ ਜਿਹੜੀ ਆਡੀਓ ਦੀ ਗੱਲ ਕਰਦੇ ਹਾਂ ਆਡੀਓ ਦੇ ਸੰਬੰਧ 'ਚ ਕੋਈ ਸਾਨੂੰ ਤੁਸੀਂ ਚੈੱਕ ਕਰਾ ਦਿਓ ਜੇ ਕੋਈ ਅਸੀਂ ਸ਼ਬਦ ਭੱਦੀ ਬੋਲੀ ਹੈ ਜਾਂ ਕੋਈ ਸਾਡੇ ਕੋਲ ਸਮਾਨ ਆ ਸਾਡੇ ਕੋਲ ਕੁਛ ਨਹੀਂ ਇਹਨਾਂ ਦਾ ਸਮਾਨ ਨਾ ਅਸੀਂ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਕੀਤੀ ਘਟੀਆ ਨਹੀਂ ਉਹ ਮੇਰਾ ਕੰਮ ਬਾਰੇ ਨਹੀਂ ਅਸੀਂ ਆਖਿਆ ਉਹ ਆਪ ਕਹਿੰਦੇ ਸੀ ਵੀ ਜੇ ਕੋਈ ਨਸ਼ੇ ਦਾ ਇੱਥੇ ਕੋਈ ਡਰੱਗ ਕੋਈ ਵੇਚਦਾ ਹੋਇਆ ਤੇ ਇੱਥੇ ਆਉਂਦੇ ਆ ਅਸੀਂ ਜ਼ਰੂਰ ਦੱਸਾਂਗੇ ਪਰ ਅਸੀਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹੀ ਸੀ ਵੀ ਜੇ ਸਾਨੂੰ ਸਾਡਾ ਕੰਮ ਕਰ ਦਿਓ ਤੁਸੀਂ ਚਲੋ ਤੁਹਾਡੇ ਬੱਚਿਆਂ ਦਾ ਬਚਾਅ ਵੀ ਕਰਤਾ ਸਭ ਕੁਝ ਕਰਤਾ ਵੀ ਜੇ ਕੋਈ ਨਸ਼ਾ ਵੇਚਦਾ ਡਰੱਗ ਵੇਚਦਾ ਤੁਸੀਂ ਸਾਡਾ ਇਹ ਕੰਮ ਕਰ ਦਿਓ ਜ਼ਰੂਰ ਸਾਨੂੰ ਦੱਸੋ ਲੋਕਾਂ ਦਾ ਇਹ ਬਹੁਤ ਬੱਚਿਆਂ ਦਾ ਮਾੜਾ ਹਾਲ ਹੋ ਗਿਆ।